ਭੁੱਲ ਗਿਆ ਛੇ ਆਠ ਦਾ ਫਲੈਟ ਬੱਲੀਏ, ਮੈਂ ਰਿਹਾ ਫਿਰਦਾ ਮੋਹਾਲੀ ਹੋ ਕੇ ਟੈਟ ਬੱਲੀਏ। ਜਿੱਦਾਂ ਦਾ ਲੋਕ ਸੁਣਨਗੇ ਉਦਾਂ ਦਾ ਸਿੰਗਰ ਗਾਉਣਗੇ। ਸਤਿ ਸ਼੍ਰੀ ਅਕਾਲ, ਮੈਂ ਨਗਮਾ ਸਿੰਘ ਅਤੇ ਤੁਸੀਂ ਵੇਖ ਰਹੇ ਹੋ ਬੂਗਲ ਬਾਲੀਵੁੱਡ। ਅਸੀਂ ਤੁਹਾਨੂੰ ਅੱਜ ਮਿਲਾਉਣ ਜਾ ਰਹੇ ਹਾਂ ਇਹੋ ਜਿਹੀ ਸ਼ਖਸੀਅਤ ਨਾਲ ਜਿਹੜੇ ਬੈਕ ਟੂ ਬੈਕ ਹਿੱਟ ਸੌਂਗ ਦੇ ਚੁੱਕੀ ਹੈ ਅਤੇ ਉਹਨਾਂ ਦਾ ਛਾਟ ਦਾ ਫਲੈਟ ਮੈਨੂੰ ਲੱਗਦਾ ਹਰ ਇੱਕ ਦੇ ਨੌਜਵਾਨ ਦੇ ਮੂੰਹ 'ਤੇ ਹੈ। ਅਤੇ ਆਓ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਸੁੱਖੀ ਮਾਨ ਨਾਲ। ਚੱਕਰ ਨੀ ਹੈਗਾ, ਬਾਕੀ ਲੈਵਲ ਤਾਂ ਜੀ ਪਰਮਾਤਮਾ ਬਣਾਉਣ ਵਾਲਾ, ਬੰਦਾ ਤਾਂ ਮਿਹਨਤ ਕਰ ਸਕਦਾ। ਬਿਲਕੁਲ, ਅਤੇ ਫੈਮਿਲੀ ਦਾ ਫੁੱਲ ਸਪੋਰਟ ਰਿਹਾ ਤੁਹਾਨੂੰ, ਕਦੇ ਵੀ ਕੋਈ ਪ੍ਰੋਬਲਮ ਨਹੀਂ ਆਈ? ਬਟ ਇੱਕ ਹੁੰਦਾ ਹੈ ਨਾ ਕਿ ਇੱਕ ਸਟਾਰਟਅਪ ਕਰਨ ਵਾਸਤੇ ਫੈਮਿਲੀ ਥੋੜ੍ਹੀ ਡਾਊਟੇਬਲ ਹੁੰਦੀ ਹੈ ਕਿ ਕਿਵੇਂ ਕਰਨਾ ਹੈ ਅਤੇ ਕਿਵੇਂ ਦਾ ਤੁਹਾਡਾ ਰਿਜ਼ਲਟ ਰਹੂਗਾ। ਫੈਮਿਲੀ ਨਹੀਂ, ਉਹ ਮੈਂ ਵੀ ਡਾਊਟੇਬਲ ਸੀਗਾ ਕਿਉਂਕਿ ਪਤਾ ਹੀ ਕੱਖ ਨਹੀਂ ਸੀਗਾ, ਮੈਨੂੰ ਤਾਂ ਕੋਈ ਜਾਣਦਾ ਵੀ ਨਹੀਂ ਸੀ, ਜਾਂ ਮੈਂ ਕਿਸੇ ਨੂੰ ਨਹੀਂ ਜਾਣਦਾ ਸੀ, ਮੈਨੂੰ ਤਾਂ ਇਹ ਵੀ ਨਹੀਂ ਪਤਾ ਸਟੂਡੀਓ ਵਿੱਚ ਜਾ ਕੇ ਗਾਇਆ ਕਿਵੇਂ ਜਾਂਦਾ। ਅੱਜ ਤੋਂ 3 ਸਾਲ ਪਹਿਲਾਂ ਮੈਨੂੰ ਪਤਾ ਹੀ ਨਹੀਂ ਸੀ ਕੱਖ ਵੀ ਵੀ ਕਿੱਦਾਂ ਹੁੰਦਾ, ਹੈ ਨਾ। ਸੋ ਹੌਲੀ ਹੌਲੀ ਤੁਸੀਂ ਕਰਦੇ ਜਾਂਦੇ, ਜਦੋਂ ਤੁਸੀਂ ਕਿਸੇ ਰਾਹ 'ਤੇ ਪੈਰ ਰੱਖਦੇ ਹੋ ਨਾ, ਤੁਸੀਂ ਅੱਗੇ ਉਹ ਤੁਹਾਨੂੰ ਆਪੇ ਹੀ ਲੈ ਜਾਂਦਾ ਹੁੰਦਾ। ਸੋ ਠੀਕ ਹੈ, ਆਲ ਗੁੱਡ। ਮਿਊਜ਼ਿਕ ਦਾ ਸ਼ੌਂਕ ਤੁਹਾਨੂੰ ਬਚਪਨ ਤੋਂ ਸੀਗਾ ਜਾਂ ਇਹ ਤੁਸੀਂ ਸਟੱਡੀ ਕਰਦੇ ਗਏ ਅਤੇ ਉਹਦੇ ਨਾਲ ਨਾਲ ਪੈਦਾ? ਇਹ ਸ਼ੌਂਕ ਬੇਸਿਕਲੀ ਨਾ ਹਰੇਕ ਬੰਦੇ ਦੇ ਅੰਦਰ ਕੋਈ ਨਾ ਕੋਈ ਅੱਗ ਹੁੰਦੀ ਆ ਪਰਮਾਤਮਾ ਵੱਲੋਂ ਹੁੰਦੀ ਹੈ ਨਾ। ਸੋ ਮੈਨੂੰ ਪਰਮਾਤਮਾ ਨੇ ਆਵਾਜ਼ ਬਖਸ਼ੀ ਅਤੇ ਆਪਾਂ ਮਿਹਨਤ ਕਰ ਲਈ ਥੋੜ੍ਹੀ ਜਿਹੀ, ਚਲੋ ਉਹ ਬੇਸਿਕਲੀ ਮੇਰਾ ਕੱਖ ਵੀ ਨਹੀਂ ਹੈ, ਪਰਮਾਤਮਾ ਨੇ ਆਵਾਜ਼ ਦਿੱਤੀ ਹੈ ਨਾ। ਮੈਂ ਤਾਂ ਸਿਰਫ ਸਟੱਡੀ ਕੀਤੀ ਹੈ, ਮੈਂ ਰਿਆਜ਼ ਕੀਤਾ ਸਿੱਖਿਆ, ਦੈਟਸ ਇਟ, ਹੈ ਨਾ। ਹਾਂ, ਮੈਨੂੰ ਬਚਪਨ ਤੋਂ ਸੀ, ਮੈਂ 2nd ਕਲਾਸ ਤੋਂ ਤਾਂ ਮੈਂ ਪਾਰਟੀਸਪੇਟ ਕਰਨ ਲੱਗ ਗਿਆ ਸੀ, ਕਵਿਸ਼ਰੀ ਹੋ ਗਿਆ, ਫਿਰ ਸਪੀਚ ਹੋ ਗਈ, ਫਿਰ ਆਪਣਾ ਕਾਲਜ ਬੜੇ ਕਾਲਜ ਦੇ ਵਿੱਚ ਫਿਰ ਹੋ ਗਿਆ ਆਪਣਾ ਭੰਗੜੇ ਨਾਲ ਬੋਲੀਆਂ ਹੋ ਗਈਆਂ, ਗਰੁੱਪ ਸ਼ਬਦ, ਗਰੁੱਪ ਸੌਂਗ, ਫੋਕ ਔਰਕੈਸਟਰਾ, ਫਿਰ ਮੈਂ ਥੀਏਟਰ ਕੀਤਾ, ਥੀਏਟਰ ਦੀ ਮਾਸਟਰਸ ਮੇਰੀ, ਫਿਰ ਮੈਂ ਉੱਥੇ 8-10 ਪਲੇ ਕੀਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਫਿਰ ਆਫਟਰ ਦੈਟ ਮੈਂ ਯੂਥ ਫੈਸਟੀਵਲਾਂ 'ਚੋਂ ਨਿਕਲਿਆ, ਫਿਰ ਮੈਂ ਅੱਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਐਡਮਿਸ਼ਨ ਲਈ ਮੈਂ, ਅਤੇ ਇੱਥੇ ਮੈਂ ਮਾਸਟਰਸ ਕੀਤੀ ਉਰਦੂ ਦੇ ਵਿੱਚ, ਪਰ ਮੇਰੀ ਕੰਪਲੀਟ ਨਹੀਂ ਹੋਈ ਕਿਉਂਕਿ ਇੱਥੇ ਇਸ ਪ੍ਰੋਫੈਸ਼ਨ ਦੇ ਵਿੱਚ ਆਉਣ ਕਰਕੇ ਫਿਰ ਮੈਨੂੰ ਟਾਈਮ ਨਹੀਂ ਲੱਗਿਆ, ਇਸ ਕਰਕੇ ਫਿਰ ਮੇਰਾ 1 ਸਾਲ ਲੱਗਿਆ, 1 ਸਾਲ ਮੇਰਾ ਵਿੱਚ ਹੀ ਰਹਿ ਗਿਆ। ਤੁਸੀਂ ਆਪਣੇ ਸੌਂਗ ਖੁਦ ਵੀ ਲਿਖਦੇ ਹੋ ਜਾਂ ਇਹ ਸਿਰਫ? ਮੈਂ ਆਪ ਵੀ ਲਿਖਦਾ ਅਤੇ ਬਸ ਇਹ ਹੁੰਦਾ ਵੀ ਰਿਲੀਜ਼ ਕਿਹੜਾ ਕਰਨਾ, ਉਹ ਫਿਰ ਮੌਕੇ 'ਤੇ ਪਤਾ ਲੱਗਦਾ ਹੈਗਾ। ਬੇਸਿਕਲੀ ਅਸੀਂ ਕਈ ਗਾਣੇ ਬਣਾ ਕੇ ਰੱਖ ਲੈਂਦੇ ਹਾਂ ਅਤੇ ਫਿਰ ਉਹ ਹਿਸਾਬ ਨਾਲ ਕਰਦੇ ਜਾਂਦੇ। ਮੈਂ ਆਪ ਵੀ ਲਿਖਦਾ, ਬਾਕੀ ਮੇਰੇ ਮਿੱਤਰ ਹੀ ਨੇ ਸਾਰੇ, ਸਿੰਘਜੀਤ, ਜੱਗੀ ਕੁੰਨ, ਰਵਿੰਦਰ ਨੱਤੂ ਮਾਜਰਾ, ਗੁਰਮੀਤ ਚੀਮਾ। ਮੈਨੂੰ ਬੇਸਿਕਲੀ ਮੈਨੂੰ ਬਲੈਸਿੰਗਸ ਬਹੁਤ ਰਹੀਆਂ ਨੇ, ਹੈ ਨਾ, ਕਿਉਂਕਿ ਮੈਨੂੰ ਭੱਜਣਾ ਨਹੀਂ ਪਿਆ ਕਦੇ ਵੀ ਅੱਜ ਤੱਕ, ਹੈ ਨਾ। ਕਿਉਂਕਿ ਜਦੋਂ ਮੈਂ ਸਟਰਗਲ ਕਰ ਰਿਹਾ ਸੀ ਉਦੋਂ ਸਿੰਘਜੀਤ ਵੀ ਸਟਰਗਲ ਕਰ ਰਿਹਾ ਸੀ, ਉਦੋਂ ਜੱਗੀ ਕੁੰਨਰ ਵੀ, ਜੱਗੀ ਕੁੰਨਰ ਵੀ ਮੇਰੇ ਨਾਲ ਹੀ ਸੀਗਾ, ਵਿੰਦਰ ਦਾ ਨਾਮ ਹੋ ਚੁੱਕਿਆ ਸੀਗਾ, ਅਤੇ ਜਾਂ ਮੈਨੂੰ ਸਪੋਰਟ ਕੀਤੀ ਬਾਈ ਕੁਲਵਿੰਦਰ ਬੇਲੇ ਨੇ, ਜਿਹੜਾ ਮੇਰਾ ਸਭ ਤੋਂ ਪਹਿਲਾ ਗਾਣਾ ਮੇਰਾ ਡੱਬ ਕਰਵਾਇਆ, ਹੈ ਨਾ। ਅਤੇ ਇਹ ਦੋ ਬੰਦੇ ਸੀਗੇ, ਵਿੰਦਰ ਨੱਥੂ ਮਾਜਰਾ ਅਤੇ ਕੁਲਵਿੰਦਰ ਬਿੱਲਾ, ਜਿਨ੍ਹਾਂ ਨੇ ਜਿਨ੍ਹਾਂ ਕਰਕੇ ਹੀ ਮੈਨੂੰ ਇਸ ਚੀਜ਼ ਬਾਰੇ ਪਤਾ ਲੱਗਿਆ, ਅਤੇ ਬਾਕੀ ਫਿਰ ਅੱਗੇ ਅੱਗੇ ਵੱਧ ਗਏ ਹੌਲੀ ਹੌਲੀ। ਇੱਕ ਸਟੂਡੈਂਟ ਜਿਹੜਾ ਪਹਿਲਾਂ ਸਟੇਜ 'ਤੇ ਗਾਉਂਦਾ ਸੀ ਅਤੇ ਆਪਣੇ ਫਰੈਂਡ ਸਰਕਲ 'ਚ ਗਾਉਂਦਾ ਸੀ ਅਤੇ ਅਚਾਨਕ ਉਹ ਸਟੂਡੀਓ 'ਚ ਆ ਕੇ ਗਾਉਂਦਾ ਹੈ ਅਤੇ ਉਹ ਜਿਹਾ ਮਤਲਬ ਕਿ ਕੌਨਫੀਡੈਂਸ ਕਿਹੋ ਜਿਹਾ? ਨਹੀਂ ਗਾਇਆ ਅੱਗੇ, ਅਚਾਨਕ ਨਹੀਂ ਗਾਇਆ, ਇਹ ਬਹੁਤ ਧੱਕੇ ਧੌਲੇ ਖਾ ਕੇ ਸਟੂਡੀਓ ਮਿਲਿਆ ਸੀਗਾ, ਅਚਾਨਕ ਨਹੀਂ ਗਾਇਆ। ਸਟੂਡੀਓ 'ਤੇ ਜ਼ਿਆਦਾ ਤੁਸੀਂ ਕੰਫਰਟੇਬਲ ਫੀਲ ਕਰਦੇ ਹੋ ਜਾਂ ਸਟੇਜ 'ਤੇ? ਨਹੀਂ, ਹਰੇਕ ਜਗ੍ਹਾ 'ਤੇ, ਹਰੇਕ ਸਟੇਜ ਦੀ ਆਪਣੀ ਇੱਕ ਕਹਿ ਸਕਦੇ ਹਾਂ ਖਾਸੀਅਤ ਆ, ਸਟੂਡੀਓ ਦੀ ਆਪਣੀ, ਹੈ ਨਾ, ਦੋਵੇਂ ਜਗ੍ਹਾ ਵਧੀਆ ਜੀ। ਪਰ ਜਿਹੜਾ ਅਸਲ 'ਚ ਸਟੇਜ 'ਤੇ ਗਾਉਣ ਦਾ ਨਜ਼ਾਰਾ ਕਿਉਂ ਆਉਂਦਾ, ਕਿਉਂਕਿ ਤੁਹਾਨੂੰ ਰਿਵਿਊਜ਼ ਨਾਲ ਦੀ ਨਾਲ ਮਿਲ ਜਾਂਦੇ ਆ, ਹੈ ਨਾ। ਜੋ ਤੁਸੀਂ ਗਾਉਂਦੇ ਹੋ ਤਾਂ ਜੋ ਸਾਹਮਣੇ ਤਾੜੀਆਂ ਪੈਂਦੀਆਂ, ਕੂਕਾਂ ਚੀਕਾਂ ਪੈਂਦੀਆਂ, ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਸੀਂ ਕਿੱਥੇ ਕਹੋ। ਸਟੂਡੀਓ ਦੇ ਵਿੱਚ ਤਾਂ ਗਾ ਕੇ ਫਿਰ ਕਈ ਮਹੀਨੇ ਬਾਅਦ ਰਿਜ਼ਲਟ ਮਿਲਦਾ ਵੀ ਕੀ ਬਣਿਆ। ਇੰਨੇ ਸੌਂਗ ਗਾਉਣ ਤੋਂ ਬਾਅਦ ਤੁਹਾਨੂੰ ਤੁਹਾਡਾ ਕੋਈ ਫੇਵਰੇਟ ਸੌਂਗ ਜਿਹੜਾ ਤੁਹਾਨੂੰ ਲੱਗਦਾ ਕਿ ਮੈਂ ਇਹਨੂੰ ਬਹੁਤ ਵਧੀਆ ਗਾਉਂਦਾ ਅਤੇ ਇਹ ਲੋਕਾਂ ਵਿੱਚ ਰਚਿਆ ਹੋਇਆ? ਮੈਂ ਗਾਣਾ, ਮੈਂ ਦੇਖੋ ਜੀ, ਜਿਹੜੇ ਮੈਂ ਗਾਣੇ ਗਾਉਂਦਾ ਬੇਸਿਕਲੀ ਮੈਂ ਉਹ ਆਪਦੇ ਹਿਸਾਬ ਨਾਲ ਗਾਉਂਦਾ, ਜਾਂ ਮੈਂ ਮਤਲਬ ਇਹ ਨਹੀਂ ਜੇ ਉਹਦੀ ਜਿੱਦਾਂ ਵਿੰਦਰ ਦਾ ਗਾਣਾ ਕੀਤਾ, ਜੇ ਵਿੰਦਰ ਨੂੰ ਉਹਦੀ ਕੰਪੋਜ਼ ਬਣਾਤੀ, ਮੈਨੂੰ ਨਹੀਂ ਵਧੀਆ ਲੱਗੀ ਕੰਪੋਜ਼, ਮੈਂ ਉਹਨੂੰ ਆਪਣੇ ਹਿਸਾਬ, ਇਹ ਨਹੀਂ ਮੈਂ ਕੰਪੋਜ਼ ਚੇਂਜ ਕਰਤੀ, ਔਰ ਮੈਂ ਆਪਣੀ ਜਿਹੜੀ ਮੈਨੂੰ ਵੋਕਲ ਦੇ ਵਿੱਚ, ਮੇਰੀ ਵੋਕਲ ਦੇ ਵਿੱਚ ਮੈਨੂੰ ਵਧੀਆ ਲੱਗੇ ਕਿ ਮੈਨੂੰ ਵਧੀਆ ਇੱਦਾਂ ਮੈਨੂੰ ਵਧੀਆ ਗਾਉਣ ਚੀਜ਼ ਹੀ ਹੋ ਰਿਹਾ, ਮੈਂ ਉੱਦਾਂ ਆਪਣੇ ਹਿਸਾਬ ਨਾਲ ਢਾਲ ਕੇ ਗਾਣਾ ਗਾਉਣਾ ਆਲਵੇਜ਼। ਸੋ ਮੈਨੂੰ ਤਾਂ ਜੇ ਆਪਦੇ ਸਾਰੇ ਗਾਣੇ ਜਿਵੇਂ ਗਾ ਸਕਦੇ ਹਾਂ ਤਾਂ ਹੀ ਗਾਏ ਨੇ, ਹੈ ਨਾ। ਸੋ ਸਾਰੀ ਵਧੀਆ ਲੱਗਦੇ ਨੇ। ਮੈਨੂੰ ਲੱਗਦਾ ਤੁਸੀਂ ਆਪਣੇ ਐਕਟਿੰਗ ਨੂੰ ਕਾਫੀ ਕਲੋਜ਼ਲੀ ਦੇਖਿਆ ਅਤੇ ਫੀਲ ਵੀ ਕੀਤਾ ਕਿ ਮੈਂ ਇੱਕ ਐਕਟਰ ਵੀ ਬਣ ਸਕਦਾ। ਨਹੀਂ, ਮੈਂ ਐਕਟਰ ਹੈਗਾ,
ਐਕਟਰ ਹੈਗਾ ਇਸੇ ਲਈ ਤਾਂ ਮੈਂ ਆਪਣੇ ਗਾਣੇ ਵੀ ਤਾਂ ਹੀ ਖੁਦ ਡਾਇਰੈਕਟ ਕਰਦਾ ਅਤੇ ਮੈਂ ਗਾਣੇ ਦੇ ਵਿੱਚ ਆਪ ਹੀ ਮੈਂ ਸਾਰਾ ਕੁਛ ਕਰਦਾ ਜੀ ਐਵਰੀਥਿੰਗ ਨਾ ਐਕਟਿੰਗ ਵੀ ਆਪ ਹੀ ਕਰਦਾ ਥੀਏਟਰ ਕਰਕੇ ਹੈ ਜੀ ਅਤੇ ਗੱਲ ਕਰੀਏ ਜਿਹੜੇ ਹੁਣ ਦੇ ਬੋਲੀਵੁੱਡ ਵਿੱਚ ਜਿਹੜੇ ਮਿਊਜ਼ਿਕ ਚੱਲ ਰਿਹਾ ਥੋੜ੍ਹਾ ਜਿਹਾ ਡੇਂਜਰਸ ਹੈ ਗਨਸ ਵਗੈਰਾ ਗਰਲਸ ਵਗੈਰਾ ਇਹ ਕਾਫੀ ਜਿਹੜੇ ਹਾਈ ਲੈਵਲ 'ਤੇ ਇਨ ਚੀਜ਼ਾਂ ਨੂੰ ਯੂਜ਼ ਨਹੀਂ ਅੱਜ ਦਾ ਨਹੀਂ ਇਹ ਪਹਿਲੇ ਦਿਨ ਤੋਂ ਚੱਲਿਆ ਆਉਂਦਾ ਹੈ ਤਾਂ ਇੱਕ ਇਹ ਬੇਸਿਕਲੀ ਜਿਵੇਂ ਅੱਜ ਆਪਣੇ ਲੋਕ ਕਹਿੰਦੇ ਆ ਨਾ ਕਿ ਗਰੀਬੀ ਹੈ ਜੀ ਮਹਿੰਗਾਈ ਸੋਰੀ ਗਰੀਬੀ ਨਹੀਂ ਮਹਿੰਗਾਈ ਹੈ ਜੀ ਮਹਿੰਗਾਈ ਹੈਗੀ ਬੇਸਿਕਲੀ ਇਹ ਸੰਨ 1970 ਤੋਂ ਚੱਲਦਾ ਆਉਂਦਾ ਇਹ ਮਹਿੰਗਾਈ ਉਹਨਾਂ ਦਾ ਹੀ ਰੌਲਾ ਹੈ ਇਹ ਇੱਦਾਂ ਹੀ ਹੁਣ ਜਿਵੇਂ ਬੰਦੂਕਾਂ ਦਾ ਰੌਲਾ ਇਹ ਉਹ ਉੱਦਾਂ ਦਾ ਹੀ ਚੱਲਦਾ ਹੁੰਦਾ ਕੋਈ ਇੱਡੇ ਨਹੀਂ ਵੀ ਹੁਣ ਆ ਕੇ ਹੋਇਆ ਕੁਛ ਕੋਈ ਸੱਭਿਆਚਾਰ ਨੂੰ ਖੰਘ ਨਹੀਂ ਵੀ ਵਧੀਆ ਸਭ ਕੁਛ ਠੀਕ ਠਾਕ ਹੈ ਵਧੀਆ ਜਿਹਦਾ ਜਿੱਥੇ ਠੀਕ ਆ ਗਿਆ ਠੀਕ ਮੈਨੂੰ ਇਹ ਦੱਸੋ ਪਟਾਕਿਆਂ ਵਾਲੇ ਗਾਣੇ ਜਾਂ ਆਪਣਾ ਬੰਦੂਕਾਂ ਵਾਲੇ ਗਾਣੇ ਕਿਉਂ ਗਾਏ ਜਾਂਦੇ ਜੇ ਲੋਕ ਸੁਣਦੇ ਆ ਸਿੰਗਰ ਤਾਂ ਗਾਉਂਦੇ ਆ ਹੈ ਨਾ ਤੁਸੀਂ ਜਿੱਦਾਂ ਦਾ ਲੋਕ ਸੁਣਨਗੇ ਉੱਦਾਂ ਦਾ ਸਿੰਗਰ ਗਾਉਣਗੇ ਇਹ 'ਚ ਤਾਂ ਕੋਈ ਬਹੁਤ ਹੀ ਲੰਮੀ ਚੌੜੀ ਗੱਲ ਨਹੀਂ ਹੈਗੀ ਤੁਸੀਂ ਹੁਣ ਤੱਕ ਜਿਹੜੇ ਸਟੇਜ ਸ਼ੋਅ ਕੀਤੇ ਆ ਉਹ ਸਿਰਫ ਇੰਡੀਆ 'ਚ ਹੀ ਕੀਤੇ ਆ ਜਾਂ ਫੋਰਨ ਜਾਣ ਦਾ ਵੀ ਮੌਕਾ ਹਾਲੇ ਮੈਂ ਫੋਰਨ ਗਿਆ ਨਹੀਂ ਕਿਤੇ ਜੀ ਕਿਉਂਕਿ ਮੇਰੀ ਸਟਾਰਟਿੰਗ ਆ ਹਾਲੇ ਕਿਉਂਕਿ ਮੈਂ ਸ਼ੁਰੂ ਕੀਤਾ ਹਾਲੇ ਅਤੇ ਹੋਪਫੁਲੀ ਜਾਵਾਂਗੇ ਸਾਰੇ ਕਿਤੇ ਜਾਵਾਂਗੇ ਮੈਂ ਇੱਕ ਤੁਹਾਡੀ ਗੱਲ ਕਰਨਾ ਚਾਹਾਂਗੀ ਕਿ ਤੁਸੀਂ ਆਪਣਾ ਹੀ ਚੈਨਲ ਚਲਾਉਂਦੇ ਹੋ ਇੱਕ ਤਰ੍ਹਾਂ ਤੋਂ ਅਤੇ ਤੁਸੀਂ ਬਿਲੀਵ ਕਰਦੇ ਹੋ ਕਿ ਇੱਕ ਕੰਪਨੀ ਤੁਹਾਨੂੰ ਵਧੀਆ ਰੀਪ੍ਰਜੈਂਟ ਕਰ ਸਕਦੀ ਹੈ ਜਾਂ ਤੁਹਾਡਾ ਆਪਣਾ ਚੈਨਲ ਤੁਹਾਨੂੰ ਵਧੀਆ ਰੀਪ੍ਰਜੈਂਟ ਕਰ ਸਕਦਾ ਇੱਦਾਂ ਨਹੀਂ ਦੇਖੋ ਮੈਂ ਪਿਛਲੇ 2 ਸਾਲ ਤੋਂ ਮੇਰੇ ਗਾਣੇ ਵਾਈਟਲ ਨਾਲ ਹੀ ਆਇਆ ਸਾਰੇ ਹੈ ਨਾ ਵਾਈਟਲ ਮਿਊਜ਼ਿਕ ਅਤੇ ਮੈਨੂੰ ਕਾਫੀ ਬਹੁਤ ਬਹੁਤ ਸਪੋਰਟ ਕਰਦੇ ਆ ਮੈਨੂੰ ਅਤੇ ਆਪਣੇ 'ਤੇ ਵਧੀਆ ਚਲੋ ਬੇਸਿਕਲੀ ਗਾਣਾ ਬਹੁਤ ਪੈਸਾ ਲੱਗ ਜਾਂਦਾ ਬਣਨ 'ਤੇ ਹੈ ਨਾ ਅਤੇ ਮੈਂ ਆਪਣਾ ਚੈਨਲ ਬਣਾਇਆ ਮੈਂ ਆਪ ਵੀ ਆਪਣਾ ਗਾਣਾ ਰਿਲੀਜ਼ ਕੀਤਾ ਵਿਆਹ ਤੋਂ ਬਾਅਦ ਮੈਂ ਆਪ ਰਿਲੀਜ਼ ਕੀਤਾ ਸੀ ਮੇਰਾ ਟਾਈਟ ਗਾਣਾ ਆਇਆ ਸੀ ਮੈਂ ਆਪ ਰਿਲੀਜ਼ ਕੀਤਾ ਸੀ ਉਹ ਮੈਂ ਰਿਲੀਜ਼ ਕੀਤੇ ਸੀ ਕਿਉਂਕਿ ਮੈਂ ਜਾਣਦੇ ਨਹੀਂ ਸੀ ਕਿਸੇ ਨੂੰ ਹੈ ਨਾ ਅਤੇ ਉਹ ਆਪਣੇ ਚੈਨਲ ਤੋਂ ਮੈਂ ਯੂਟਿਊਬ 'ਤੇ ਪਾ ਤੇ ਅਤੇ ਯੂਟਿਊਬ 'ਤੇ ਵਧੀਆ ਚੱਲ ਗਏ ਗਾਣੇ ਚਲੋ ਕਲਿੱਕ ਹੋ ਗਿਆ ਆਫਟਰ ਦੈਟ ਮੇਰੀ ਕੰਪਨੀ ਸਾਰੀਆਂ ਕੰਪਨੀਆਂ ਨਾਲ ਵਧੀਆ ਫਿਰ ਮੇਰਾ ਸਪੀਡ ਤੋਂ ਵੀ ਗਾਣਾ ਆਇਆ ਅਤੇ ਵਾਈਟਲ ਤੋਂ ਮੇਰੇ ਗਾਣੇ ਆਏ ਹੈ ਨਾ ਸੋ ਇੱਕ ਮੈਂ ਮਨਨ ਮਿਊਜ਼ਿਕ ਨੂੰ ਵੀ ਗਾਣਾ ਦਿੱਤਾ ਸੀਗਾ ਹੈ ਨਾ ਅਤੇ ਉਹ ਬੇਸਿਕਲੀ ਮੇਰੀ ਸਟਾਰਟਿੰਗ ਸੀਗੀ ਬਟ ਅੱਜ ਮੈਂ ਉਸ ਚੀਜ਼ ਉਸ ਆਪਣੇ ਯੂਟਿਊਬ ਚੈਨਲ ਤੋਂ ਕਾਫੀ ਜ਼ਿਆਦਾ ਮੈਂ ਲੋਕਾਂ ਨਾਲ ਜੁੜ ਰਿਹਾ ਕਿਉਂਕਿ ਮੇਰੇ ਸਬਸਕ੍ਰਾਈਬਰ ਡੇ ਬਾਏ ਡੇ ਵੱਧ ਰਹੇ ਨੇ ਅਤੇ ਮੈਨੂੰ ਕਾਫੀ ਫਾਇਦਾ ਦੇ ਰਿਹਾ ਮੇਰਾ ਚੈਨਲ ਵੀ ਪਰ ਇੱਦਾਂ ਕਿ ਮੈਂ ਆਪਣੇ ਚੈਨਲ ਤੋਂ ਹੀ ਗਾਣਾ ਕਰਨਾ ਕੋਈ ਮੇਰਾ ਇੱਦਾਂ ਮਕਸਦ ਨਹੀਂ ਹੈਗਾ ਨਹੀਂ 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 ਗਾਣੇ ਤਾਂ ਆਪਾਂ ਵਧੀਆ ਮੇਰਾ ਵਾਈਟਲ ਨਾਲ ਵਧੀਆ ਚੱਲੀ ਜਾਂਦਾ ਮੇਰੇ ਆਉਣ ਵਾਲੇ 2-3 ਪ੍ਰੋਜੈਕਟ ਸਾਰੇ ਮੇਰੇ ਵਾਈਟਲ 'ਚ ਹੀ ਨੇ ਬਾਕੀ ਹੋਰ ਕੰਪਨੀਆਂ ਨਾਲ ਵੀ ਸਾਰੇ ਉਹ ਮੈਂ ਫਰਕ ਹੀ ਨਹੀਂ ਕੋਈ ਮਤਲਬ ਕੋਈ ਫਰਕ ਨਹੀਂ ਆਰਟਿਸਟ ਸਭ ਦਾ ਸਾਂਝਾ ਹੁੰਦਾ ਕੋਈ ਫਰਕ ਨਹੀਂ ਹੈ ਆਰਟਿਸਟ ਕੋਈ ਵੀ ਕੰਪਨੀ ਹੋਵੇ ਜਿੰਨੀਆਂ ਵੀ ਪੰਜਾਬ 'ਚ ਕੰਪਨੀਜ਼ ਨੇ ਹੈ ਨਾ ਸਾਰਿਆਂ ਦਾ ਸਾਂਝਾ ਆਰਟਿਸਟ ਹੁੰਦਾ ਕੋਈ ਵੀ ਮੈਂ ਇਕੱਲਾ ਨਹੀਂ ਹਰੇਕ ਆਰਟਿਸਟ ਸਭ ਦਾ ਸਾਂਝਾ ਹੁੰਦਾ ਇਹ ਤਾਂ ਆਪਣੀ ਇੰਡਸਟਰੀ ਬਹੁਤ ਛੋਟੀ ਹੈ ਸੋ ਮੈਂ ਤਾਂ ਕਹਿੰਦਾ ਸਭ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਸੁਖੀ ਜੀ ਜੇ ਗੱਲ ਕਰੀਏ ਤੁਹਾਡੇ ਰੀਸੈਂਟ ਰਿਲੀਜ਼ ਹੋਏ ਸੌਂਗ ਦੀ ਰੋਈ ਜਾਂਦੀ ਅਤੇ ਬੈਕ ਟੂ ਬੈਕ ਬੀਟ ਸੌਂਗ ਦੇਣ ਤੋਂ ਬਾਅਦ ਇੱਕ ਸੈਡ ਸੌਂਗ ਕਿਵੇਂ ਜਿਹਾ ਐਕਸਪੀਰੀਅੰਸ ਰਿਹਾ ਐਕਚੁਅਲੀ ਕਾਰਨ ਇਹੀ ਸੀ ਜੀ ਗਾਣਾ ਸੈਡ ਕਰਨ ਦਾ ਕਿ ਇੱਕ ਤਾਂ ਮੇਰਾ ਕੋਈ ਗਾਣਾ ਹਾਲੇ ਤੱਕ ਆਇਆ ਨਹੀਂ ਸੀਗਾ ਦੂਜਾ ਅਸੀਂ ਦੇਖਦੇ ਹਾਂ ਬਣਦਾ ਕੀ ਹੈ ਅਤੇ ਆਡੀਓ ਬਹੁਤ ਪਸੰਦ ਕੀਤਾ ਲੋਕਾਂ ਨੇ ਬਟ ਥੋੜ੍ਹੀ ਵੀਡੀਓ ਇਹਦੀ ਮਾੜੀ ਰਹਿ ਗਈ ਗਾਣੇ ਦੀ ਅਸੀਂ ਜਾਣ ਕੇ ਨਹੀਂ ਬਣਾਈ ਉਹ ਵੀਡੀਓ ਡਾਇਰੈਕਟਰ ਤੋਂ ਨਹੀਂ ਬਣੀ ਇੰਨੀ ਜਿੰਨੀ ਸਾਨੂੰ ਦੱਸਿਆ ਗਿਆ ਆਪਾਂ ਇੱਦਾਂ ਕਰ ਦਾਂਗੇ ਉੱਦਾਂ ਕਰ ਦਾਂਗੇ ਬੇਸਿਕਲੀ ਮੇਰਾ ਇਹੀ ਤਾਂ ਹੀ ਮੈਂ ਆਪਣੀ ਵੀਡੀਓ ਮੋਸਟਲੀ ਮੈਂ ਆਪ ਬਣਾਉਂਦਾ ਹੁਣ ਮੈਂ ਆਹ ਗਾਣਾ ਉਹਨਾਂ ਨੂੰ ਦਿੱਤਾ ਮੁੰਡਿਆਂ ਨੂੰ ਵੀਡੀਓ ਡਾਇਰੈਕਟਰ ਨੂੰ ਅਤੇ ਉਹਨਾਂ ਨੇ ਮਤਲਬ ਵਧੀਆ ਨਹੀਂ ਬਣਾਇਆ ਗਾਣਾ ਸੋ ਬਟ ਆਡੀਓ ਬਹੁਤ ਸੋਹਣਾ ਗਿਆ ਵੀਡੀਓ ਕਰਕੇ ਥੋੜ੍ਹਾ ਜਿਹਾ ਅਸੀਂ ਪਿੱਛੇ ਰਹਿ ਗਏ ਅਤੇ ਹਿਟ ਸੌਂਗਸ ਦੇ ਨਾਲ ਨਾਲ ਥੋੜ੍ਹੀ ਜਿਹੀ ਰਿਸਕੀ ਬੈਡ ਸੌਂਗ ਲੈਣਾ ਥੋੜ੍ਹਾ ਜਿਹਾ ਕੌਨਫੀਡੈਂਟ ਲੂਜ਼ ਤਾਂ ਨਹੀਂ ਕਰ ਨਹੀਂ ਬੈਡ ਨਹੀਂ ਕਹਿ ਸਕਦੀ ਗਾਣਾ ਵਧੀਆ ਹਿੱਟ ਗਿਆ ਇਹ ਨਹੀਂ ਕਹਿ ਸਕਦੇ ਕਿ ਗਾਣਾ ਨਹੀਂ ਚੱਲਿਆ ਗਾਣਾ ਆਡੀਓ ਬਹੁਤ ਜ਼ਿਆਦਾ ਚੱਲ ਰਿਹਾ ਪਰ ਅਪ ਟੂ ਮਾਰਕ ਨਹੀਂ ਸਾਨੂੰ ਜਿੱਥੇ ਅਸੀਂ ਸੋਚਿਆ ਸੀ ਉੱਥੇ ਨਹੀਂ ਗਿਆ ਗਾਣਾ ਕਿਉਂਕਿ ਮੈਨੂੰ ਬੜਾ ਵਧੀਆ ਲੱਗਦਾ ਸੱਚ ਬੋਲਿਆ ਜਾਵੇ ਤਾਂ ਹੈ ਨਾ ਮੈਂ ਉਹ ਹੀ ਨਹੀਂ ਫੜਾ ਨਹੀਂ ਮਾਰਦਾ ਕਿ ਹਾਂ ਜੀ ਹਿੱਟਾਂ ਜੀ ਬਹੁਤ ਵੱਡੇ ਨਹੀਂ ਵੀਡੀਓ ਮਾੜੀ ਰਹਿ ਗਈ ਗਾਣੇ ਦੀ ਆਡੀਓ ਬਹੁਤ ਪਸੰਦ ਕਰ ਰਹੇ ਲੋਕ ਸੋ ਮੈਂ ਖੁਸ਼ ਹਾਂ ਜੀ ਗਾਣਾ ਆਡੀਓ ਹਿੱਟ ਹੈ ਸਿੰਘਜੀਤ ਜੀਗੁਰੀ ਅਤੇ ਸੁਖੀਮਾਨ ਤਿੰਨਾਂ ਦਾ ਟ੍ਰਾਇੰਗਲ ਦਾ ਐਕਸਪੀਰੀਅੰਸ ਕਿਹਾ ਜਾ ਰਿਹਾ ਐਕਸਪੀਰੀਅੰਸ ਬਹੁਤ ਵਧੀਆ ਜੀ ਸਾਡਾ ਹੋਮ ਸਟੂਡੀਓ ਹੈ ਖੰਨੇ ਅਤੇ ਜੀਗੁਰੀ ਵੀਰਾ ਅਤੇ ਸਿੰਘਜੀਤ ਮੈਂ ਫਰਕ ਹੀ ਨਹੀਂ ਸਾਡੇ 'ਚ ਕੋਈ ਬਿਲਕੁਲ ਵੀ ਅਤੇ ਗਾਣੇ ਬਣਾ ਬਣਾ ਕੇ ਰੱਖੀ ਜਾਂਦੇ ਹਾਂ ਅਤੇ ਭਰਾ ਵਾਲਾ ਪਿਆਰਾ ਸਾਡਾ ਬਿਲਕੁਲ ਸਾਡੇ ਕੋਈ ਪ੍ਰੋਫੈਸ਼ਨਲੀ ਕੋਈ ਇੱਦਾਂ ਨਹੀਂ ਹੈਗਾ ਵੀ ਸਿੰਘ ਜੀ ਤਾਂ ਲਿਰਿਸਿਸਟ ਆ ਸੁਖੀਮਾਨ ਸਿੰਗਰ ਹੈ ਜਾਂ ਗੁਰੀ ਮਿਊਜ਼ਿਕ ਡਾਇਰੈਕਟਰ ਆ ਨਹੀਂ ਅਸੀਂ ਭਰਾ ਹਾਂ ਸਭ ਤੋਂ ਪਹਿਲਾਂ ਭਰਾ ਮਿਲ ਕੇ ਕੰਮ ਕਰਦੇ ਹਾਂ ਸੋ ਬਹੁਤ ਬਲੈਸਿੰਗਸ ਨੇ ਮੈਨੂੰ ਪਰਮਾਤਮਾ ਵੱਲੋਂ ਕਿ ਮੈਨੂੰ ਇੱਦਾਂ ਦੇ ਬੰਦੇ ਮਿਲੇ ਆ
ਇੱਕ ਸਾਡਾ ਭਰਾ ਚੌਥਾ ਜੱਗੀ ਕੋਨਰ, ਇੱਕ ਵਿੰਦਰ ਨੱਥੂ ਮਾਜਰਾ। ਸੋ ਮੈਂ ਬਹੁਤ ਹੈਪੀ ਹਾਂ ਇਹਨਾਂ ਬੰਦ ਸਾਰੇ। ਤੁਹਾਡਾ ਇੱਕ ਫੇਮਸ ਸੌਂਗ ਜਿਹੜਾ ਚਾਟ ਦਾ ਫਲੈਟ, ਅਸੀਂ ਸਟਾਰਟਿੰਗ 'ਚ ਗੱਲ ਕੀਤੀ ਹੈ ਅਤੇ ਉਹਦੇ ਦੁੱਖ ਲੀਰਿਕਸ ਹੋ ਜਾਣ। ਜੀ 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 ਉਹ 4 ਵਜੇ ਸੀ, ਅਸੀਂ ਬੋਤਲਾਂ ਮੰਗਾ ਲਈਆਂ ਨੀ, ਪੈਗ ਪੈਗ ਕਰਦੇ ਗਲਾਸਾਂ ਵਿੱਚ ਪਾ ਲਈਆਂ, ਹੋ ਗਈ ਲੈਂਦੇ ਹਾਂ ਜ਼ਰੂਰ ਹਾਫ ਨੈਟ ਬੱਲੀਏ, ਹੋ ਤੇਰਾ ਭੁੱਲ ਗਿਆ 66 ਦਾ ਫਲੈਟ ਬੱਲੀਏ, ਮੈਂ ਰਿਹਾ ਫਿਰਦਾ ਮੋਹਾਲੀ ਹੋ ਕੇ ਟੈਟ ਬੱਲੀਏ, ਭੁੱਲ ਗਿਆ 66 ਦਾ ਫਲੈਟ ਬੱਲੀਏ, ਮੈਂ ਰਿਹਾ ਫਿਰਦਾ ਮੋਹਾਲੀ ਹੋ ਕੇ ਟੈਟ ਬੱਲੀਏ। ਮੇਰਾ ਇੱਕ ਆਖਰੀ ਸਵਾਲ ਇਹ ਹੈ ਕਿ ਜਿਹੜਾ ਪੰਜਾਬੀ ਕਲਚਰ ਅਸੀਂ ਰੀਪ੍ਰਜੈਂਟ ਕਰਦੇ ਹਾਂ ਅਤੇ ਜਿਹੜਾ ਵੈਸਟਰਨ ਟੱਚ ਪੰਜਾਬੀ ਕਲਚਰ ਨੂੰ ਲੱਗ ਰਿਹਾ, ਤੁਸੀਂ ਐਗਰੀ ਕਰਦੇ ਹੋ ਦਿਸ ਇਜ਼ ਅ ਗੁੱਡ ਫੋਰ? ਦੇਖੋ ਜੀ, ਨਾ ਤਾਂ ਆਪਣਾ ਮਾੜਾ ਹੈ ਨਾ ਵੈਸਟਰਨ ਮਾੜਾ ਹੈ, ਉਹਨੂੰ ਪ੍ਰਜੈਂਟ ਕਿੱਦਾਂ ਕਰਨਾ ਉਹ ਮਾੜਾ ਹੋ ਸਕਦਾ। ਠੀਕ ਹੈ ਜੀ, ਜੇ ਆਪਣੇ ਪੰਜਾਬੀ ਮਿਊਜ਼ਿਕ ਦੇ ਵਿੱਚ ਵੈਸਟਰਨਾਈਜੇਸ਼ਨ ਆਈ ਹੈ, ਇਸ ਕਰਕੇ ਆਪਾਂ ਉੱਥੇ ਤੱਕ ਪਹੁੰਚੇ ਹਾਂ, ਗੋਰੇ ਵੀ ਅੱਜ ਪੰਜਾਬੀ ਗਾਣੇ 'ਤੇ ਭੰਗੜਾ ਪਾਉਂਦੇ ਨੇ, ਹੈ ਨਾ। ਬਾਲੀਵੁੱਡ ਦੇ ਵਿੱਚ ਹਰੇਕ ਫਿਲਮ ਦੇ ਵਿੱਚ ਪੰਜਾਬੀ ਗਾਣਾ ਹੁੰਦਾ, ਉਹ ਕਿਉਂ ਹੁੰਦਾ? ਕਿਉਂਕਿ ਅਸੀਂ ਤਰੱਕੀ ਕੀਤੀ ਆ। ਜੇ ਵੈਸਟਰਨਾਈਜੇਸ਼ਨ ਨਾ ਹੁੰਦੀ ਨਾ, ਅਸੀਂ ਉੱਥੇ ਏਰੀਆ ਦੇ ਪਿੱਛੇ, ਫਿਰ ਥੋੜ੍ਹੀ ਨੇ ਤਾਂ ਹੋਣਾ ਸੀ। ਥੈਂਕ ਯੂ ਸੋ ਮਚ ਸੁਖੀਮਾਨ, ਬੁੱਗਲ ਬਾਲੀਵੁੱਡ ਵਿੱਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਸਰ। ਥੈਂਕ ਯੂ ਸੋ ਮਚ।